लीजिए जनाब, आज आपकी मुलाकात करवाने जा रहे हैं एक बड़े ज़हीन बच्चे से। 12 साल इसकी उम्र है और नाम है असद अली। वड़ाइश फैमिली से हैं जी। तो आज इनसे सुनते हैं कि ये हुकूमत पाकिस्तान से क्या कहना चाहते हैं और इनके ख्याल क्या हैं। जी असद साहब, की लगता है तुहानू कोई निज़ाम किधे जा रहा है? हुकूमत इलेक्शन आटा हुकूमत की कारकर्दगी इमरान खान नवाज शरीफ ਅਲੀ ਗੱਲ ਤੇ ਗਾਇ ਕਾਲ ਜਿਹੜਾ ਮਸਲਾ ਆਟੇ ਦਾ ਚੱਲ ਰਿਹਾ ਜੀ ਵਾ 9 ਬੰਦੇ ਬਿਮਾਰ ਗਏ ਤੇ ਬਿਹਤਰ ਇਹ ਹੈ ਕਿ ਆਟਾ ਦਿੱਤਾ ਜਾਏ ਇਮਰਾਨ ਖਾਨ ਹੀ ਆਣ ਜਿਨਾ ਦੇਣਾ ਚੋਰਾਂ ਤੇ ਦੇਣਾ ਕੋ ਨਹੀਂ ਜਿਹੜਾ ਬੰਦੇ ਮਰ ਰਹੇ ਨੇ ਇੱਕ ਬੰਦਾ ਉਸ ਖੁਦਕੁਸ਼ੀ ਕਰਾ ਲਈ ਫੈਮਿਲੀ ਨੂੰ ਨਾਲ ਵੀ ਹੋਰ ਵੀ ਦੋ ਤਰੂ ਜਗਾ 9 ਬੰਦੇ ਮਰ ਚੁੱਕੇ ਨੇ ਚੰਗਾ ਨਹੀਂ ਆਟੇ ਦੀ ਵਾ ਬੜਾ ਨੁਕਸਾਨ ਹੋ ਰਿਹਾ ਹਕੂਮਤ ਚੋਰਾਂ ਦੇ ਹੱਥ ਆ ਗਈ ਇਮਰਾਨ ਖਾਨ ਚੰਗਾ ਬੰਦਾ ਉਸ ਹੁਣ ਜਿਹੜਾ ਮਨਾਰੇ ਪਾਕਿਸਤਾਨ ਜਲਸਾ ਕੀਤਾ ਇਹਦੇ ਵੀ ਉਸ ਆਖਿਆ ਕਿ ਜਿਹੜਾ ਬਰੂਨੇ ਮੁਲਕ ਨਾ ਜਾਓ ਆਪਣੇ ਮੁਲਕ ਹੀ ਨੌਕਰੀਆਂ ਕਰੋ ਮੈਨੂੰ ਵੋਟ ਦਿਓ ਮੈਂ ਹਕੂਮਤ ਕਰਨਾ ਵੇ ਨਾ ਕਿ ਪਰਲੇ ਮੁਲਕ ਹਲੇ ਇੱਥੇ ਕੰਮ ਕਰਨ ਆਉਂਦੇ ਨੇ ਕਿ ਨਹੀਂ ਤੁਸੀਂ ਕਿਉਂ ਜਾਂਦੇ ਹੋ ਬੜਾ ਵੱਡਾ ਮੁਲਕ ਹੈ ਚੰਗਾ ਮੁਲਕ ਹੈ ਇਹ ਚੋਰਾਂ ਦੀ ਹਕੂਮਤ ਆ ਕਰਜ਼ਾ ਲੈ ਲੈ ਕੇ ਦੂਜਿਆਂ ਮੁਲਕਾਂ ਕੋਲੋਂ ਜਿਹੜਾ ਮੁਲਕ ਨੇ ਬਰਬਾਦ ਕਰਦੇ ਨੇ ਪੇ ਭੈੜਿਆ ਕੰਮਾਂ ਲਾ ਰਹੇ ਨੇ ਖਰਾਬੀ ਜਿਹੜੀਆਂ ਕੰਪਨੀਆਂ ਨੇ ਉਹ ਬਣਾ ਰਹੇ ਨੇ ਸਹੀ ਕੰਮ ਨਹੀਂ ਕਰ ਰਹੇ ਵਾਹ ਮਰਜ਼ੀ ਹੈ ਤੇ ਇਹਦੀ ਵਜ੍ਹਾ ਤੋਂ ਇਹ ਬੜੀ ਮਹਿੰਗਾਈ ਹੋ ਗਈ ਹੈ ਤੇ ਜਿਹੜਾ ਇਮਰਾਨ ਖਾਨ ਸਾਹਿਬ ਵਰੀ ਚੰਗੇ ਬੰਦੇ ਨੇ नहीं काका जी, थोड़ी तो उम्र भी थोड़ी जी है, 12 साल उम्र ते जे तुहानू तो इतना पता भी नहीं ना कोई खंड गयो पत्ती जरूर ना कोई तो तुहानू किवें ये की दिल मनदा है इमरान खान सही है ते चोर ना किवें जानी तुहानू पता लगदा है? गल्ला भी पता लग जांदा कोई जों भी जेड़ा जिवें महंगाई हो गई बंदे मरदे ने पे जान के कोई नहीं मार सकदा जान के कोई भी नहीं आ सकदा महंगाई है ऐ के दा दिल करदा भाई जे बीमार मर जावे नहीं खाण वास्ते लभदा भुखे मरदे ने ता इन माने जान देंदे ने और केड़ा ਇੱਦੀ ਕਿਸੇ ਦਾ ਦੇਰ ਕਰਦਾ ਜਾਨ ਦੇਣੇ ਤੇ ਇਹ ਗੱਲ ਹੈ ਹੋਰ ਗੱਲ ਕਿਹੜੀ ਨਹੀਂ ਤੁਹਾਨੂੰ ਕੀ ਲੱਗਦਾ ਵੀ ਇਮਰਾਨ ਖਾਨ ਸਾਹਿਬ ਬਿਲਕੁਲ ਸਹੀ ਨੇ ਤੇ ਇਹ ਨਹੀਂ ਸਹੀ ਜੀ ਆਓ ਬਿਲਕੁਲ ਸਹੀ ਨੇ ਤੁਸੀਂ ਮਿਲੇ ਹੋ ਇਮਰਾਨ ਖਾਨ ਨਹੀਂ ਮਿਲੇ ਤੇ ਨਹੀਂ ਹੁਣ ਜਿਹੜਾ ਉਹਨਾਂ ਹੁਣ ਵੀ ਜਲਸਾ ਕੀਤਾ ਅੱਗੇ ਵੀ ਆਉਂਦੇ ਨੇ ਕਿ ਚੰਗਾ ਇਹ ਹੁਣ ਜਿਹੜਾ ਮਿਨਾਰੇ ਪਾਕਿਸਤਾਨ ਤੇ ਜਲਸਾ ਹੋਇਆ 5 ਤਾਰੀਖ ਨੂੰ ਪਾਕਿਸਤਾਨ ਚ ਜਿਹੜਾ 5 ਮਾਰਚ 2023 ਵਾਲਾ ਜਿਹੜਾ ਜੀ ਬਿਲਕੁਲ ਇਹਦੇ ਤੇ ਉਹ ਆ ਦਿਨ ਬੰਦੇ ਹੀ ਕੋਈ ਨਹੀਂ ਆਇਆ ਬੰਦੇ ਬਤੇਰੇ ਆਏ ਨੇ ਮੋਣੇ ਅਜੇ ਵੋਟ ਹੋਣ ਤੇ ਤਾਂ ਗੱਲ ਲਈ ਸਾਰੇ ਇਮਰਾਨ ਖਾਨ ਸਾਹਿਬ ਵਰੀ ਜਿਹੜਾ ਨਵਾਜ਼ ਸ਼ਰੀਫ ਉਹ ਜੇ ਲਾਜਵਾਬ ਤੇ ਲੰਡਨ ਗਿਆ ਉਹ ਇਮਰਾਨ ਖਾਨ ਆਪਣੀ ਕੁਮਾਰੀ ਡੱਕਿਆ ਉਹ ਵਾਪਸ ਨਹੀਂ ਆ ਰਿਹਾ ਦੂਜਾ ਹੀ ਤੇ ਸ਼ਬਾਜ਼ ਸ਼ਰੀਫ ਜਿਹੜਾ ਵਜ਼ੀਰ ਆਜ਼ਮ ਨਹੀਂ ਉਸ ਦਾ ਇਲਾਜ ਹੋ ਗਿਆ ਨਵਾਜ਼ ਸ਼ਰੀਫ ਉਸ ਦਾ ਇਲਾਜ ਹੋ ਗਿਆ ਔਰ ਠੀਕ ਠਾਕ ਪਰ ਉਹ ਨਹੀਂ ਆ ਰਿਹਾ ਹੁਣ ਜਿਹੜਾ ਤੁਹਾਡੀ ਹੋਈ ਗੱਲ ਨਵਾਜ਼ ਸ਼ਰੀਫ ਨਾਲ ਉਸ ਦੱਸਿਆ ਠੀਕ ਹੋ ਗਿਆ ਮੇਰੀ ਗੱਲ ਤੇ ਨਹੀਂ ਹੋਈ ਉਹ ਵੀਡੀਓ ਫਿਰ ਨਜ਼ਰ ਤੇ ਆਂਦਾ ਨਾ ਜਿਉਂ ਜਿਉਂ ਅਸੀਂ ਖਬਰਾਂ ਵੇਖੀ ਤੇ ਇਮਰਾਨ ਖਾਨ ਜਿਹੜਾ ਉਹ ਸਮਝ ਆਉਂਦੀ ਹੈ ਕਿ ਚੰਗੇ ਬੰਦੇ ਨੇ ਤੇ ਉਹ ਜਿਹੜਾ ਚੰਗੇ ਬੰਦੇ ਨਹੀਂ ਜਿਹੜਾ इमरान खान चंगा कर रहे तो चंगा नहीं कर रहे जल से भी बंदे इस तो काम आन क्योंकि जेड़ा जे वोट नहीं करा नहीं सुनो मेरी गल भई ये दसो कि सामने तुहाडे आ जावे जरदारी साहब बिलावल भुट्टो जरदारी आ जावे नवाज शरीफ आ जावे शहबाज शरीफ आ जावे ते उहदे ओ बेटा हमजा शहबाज आ जावे ये जेडे भी आन ते ओ तुहाडे वास्ते एक एक लख रुपया सामने खिलार तुहाडे आ के आखण भई ऐ जी असद साहब ਇਹ ਲੈ ਲਓ ਲੱਖ ਲੱਖ ਰੁਪਈਆ ਤੇ ਇੱਕ ਸਾਈਡ ਤੇ ਇਮਰਾਨ ਖਾਨ ਹੋਵੇ ਤੇ ਉਹ ਕੁਝ ਵੀ ਨਾ ਦੇਵੇ ਤੇ ਕੀ ਤੁਸੀਂ ਕਰਸੋ ਚੰਗਾ ਤਾਂ ਇਮਰਾਨ ਖਾਨ ਹੀ ਹੈ ਤੇ ਫਿਰ ਉਹ ਨਹੀਂ ਆਣਾ ਵਜ਼ੀਰ ਆਜ਼ਮ ਦੇ ਉਹ ਹੀ ਲੈ ਕੇ ਲੱਖ ਯਾਨੀ ਲੱਖ ਰੁਪਈਆ ਨਹੀਂ ਲੈਣਾ ਇਮਰਾਨ ਖਾਨ ਨਹੀਂ ਜੀ ਲੱਖ ਨਹੀਂ ਲੈਣਾ ਆਪਣੀ ਕਮਾਈ ਨਾਲ ਜਿਹੜਾ ਕਮਾਈ ਦਾ ਮਿਹਨਤ ਕਰਕੇ ਉਹ ਹੀ ਹੁੰਦਾ ਰਿਸ਼ਵਤ ਤੇ ਨਹੀਂ ਨਾ ਲੈਣੀ ਚਾਹੀਦੀ ਜਿਹੜਾ ਅੱਜ ਕੱਲ੍ਹ ਪੁਲਿਸ ਤੇ ਵਜ਼ੀਰ ਆਜ਼ਮ ਸਾਰੇ ਲੈ ਰਹੇ ਨੇ ਯਾਨੀ ਤੁਹਾਡੇ ਦਿਲ ਦੇ ਵਿੱਚ ਉਹਦੀ ਇਤਨੀ ਮੁਹੱਬਤ ਹੈ ਖਾਨ ਸਾਹਿਬ ਦੀ ਜੀ ਬਿਲਕੁਲ ਜੀ ਇਹ ਸਾਰੀਆਂ ਰਿਸ਼ਵਤਾਂ ਚਲਦੀਆਂ ਨੇ ਉਹਨਾਂ ਕਦੀ ਰਿਸ਼ਵਤ ਨਹੀਂ ਲਈ ਤੁਹਾਨੂੰ ਕਿਵੇਂ ਲੱਗਦਾ ਵੀ ਉਹ ਕੋ ਨਹੀਂ ਉਹਨਾਂ ਦਾ ਕੋਈ ਜ਼ਿੰਮੇ ਜਿਹੜੀ ਆ ਦੇ ਉਹਨਾਂ ਗੱਡੀ ਲਈ ਏ ਤੇ ਉਹ ਹੁਣ ਗੱਡੀਆਂ ਦਾ ਰੋਲਾ ਪਿਆ ਤੇ ਇਹ ਨਾਲ ਢੇਰ ਗੱਡੀਆਂ ਨਿਕਲ ਆਈਆਂ ਉਹ ਇਹ ਚੋਰ ਨੇ ਤਾਂ ਫਿਰ ਪਤਾ ਚੋਰ ਹੀ ਜਿਹੜੇ ਚੋਰੀਆਂ ਕਰਨ ਤੇ ਉਹਨਾਂ ਵਾਲੀ ਚੋਖੇ ਨਿਕਲਦੇ ਖਾਨ ਸਾਹਿਬ ਚੋਰ ਨਹੀਂ ਤੇ ਉਹਨਾਂ ਨਾਲ ਫਿਰ ਕਿਵੇਂ ਨਿਕਲਣਗੇ ਤੇ ਤੁਸੀਂ ਹੁਣ ਖਾਨ ਸਾਹਿਬ ਵਾਸਤੇ ਕੀ ਤੁਹਾਡੇ ਦਿਲ ਵਿੱਚ ਬੱਕੀ ਕਰੀਏ ਸਾਰੀ ਆਵਾਮ ਯਾਨੀ ਕੀ ਕਰੇ ਸਾਰੀ ਆਵਾਮ ਇਹ ਵੱਡਾ ਸਾਰਾ ਮੁਲਕ ਹੈ ਸਾਰੇ ਰਲ ਕੇ ਤੇ ਇਹਨਾਂ ਦੇ ਚੋਰਾਂ ਦੇ ਪਿੱਛੇ ਹੋ ਜੀ ਇਹਨਾਂ ਨੂੰ ਵੱਟੇ ਮਾਰੀਏ ਇਤੋਂ ਨਸਾਈ ਹੈ ਤੇ ਫਿਰ ਇਹ ਨਾਸ ਜਾਨ ਤੇ ਇਮਰਾਨ ਖਾਨ ਵਜ਼ੀਰ ਆਜ਼ਮ ਬਣੇ ਤੇ ਜਿਹੜਾ ਮਹਿੰਗਾਈ ਦੀ ਥਾਈ ਸਹੀ ਹੋ ਜਾਂਦਾ ਸਿਸਟਮ ਸਾਰੇ ਚੱਲਣ ਲੱਗ ਪਉਂਦਾ ਕਾਰੋਬਾਰ ਤੇ ਉਹ ਜਿਹੜੀ ਆਵਾਮ ਆਖਦੀ ਹੈ ਵੀ ਐਸਟੈਬਲਿਸ਼ਮੈਂਟ ਜਿਹੜੀ ਹੈ ਨਾ ਯਾਨੀ ਜਿਹੜੇ ਫੌਜੀ ਹੁੰਦੇ ਨਾ ਬਈ ਉਹ ਹਕੂਮਤਾਂ ਉਹਾਂ ਤਾਂ ਥੱਲੇ ਕਰਦੇ ਨੇ ਤੇ ਉਹ ਤੁਹਾਡਾ ਕੀ ਦਿਲ ਹੈ ਉਹ ਵੀ ਇਮਰਾਨ ਖਾਨ ਨਾਲ ਹੀ ਲੱਗਣ ਪਏ ਨਾ ਬੱਚੇ ਨੇ ਨਾ ਤੋਂ ਵੀ ਜੀ ਉਮੀਦ ਤੇ ਹੈ ਫੌਜ ਵੀ ਇਮਰਾਨ ਖਾਨ ਨਾਲ ਹੋ ਰਹੀ ਹੈ ਤੇ ਇਹ ਹੀ ਚੰਗੀ ਹੈ ਕਿ ਫੌਜ ਜਿਹੜਾ ਇਮਰਾਨ ਖਾਨ ਨਾਲ ਹੋ ਜਾਵੇ ਫੌਜ ਵੀ ਰਿਸ਼ਵਤ ਤੇ ਲੱਗ ਗਈ ਨਹੀਂ ਤੇ ਅੱਜ ਤੱਕ ਫੌਜ ਨਾ ਹੀ ਰਿਸ਼ਵਤ ਲਈ ਚੰਗੀ ਗੱਲ ਇਹ ਹੀ ਹੈ ਕਿ ਫੌਜ ਨਾ ਲਵੇ ਲੱਗ ਜੇ ਇਮਰਾਨ ਖਾਨ ਨਾਲ ਤੇ ਮੁਲਕ ਵਿੱਚ ਜਿਹੜਾ ਖੁਸ਼ਹਾਲੀ ਆ ਜੇ ਇੱਥੋਂ ਬਾਹਰ ਜਾਂਦੇ ਨੇ ਮੁਲਕ ਵੀਜ਼ੇ ਲਵਾ ਲਵਾ ਇੰਨੇ ਪੈਸੇ ਜ਼ਾਇਆ ਕਰਦੇ ਉਹ ਆਪਣੇ ਕੰਮਾਂ ਤੇ ਜ਼ਰੂਰਤਾਂ ਤੇ ਲਾਉਣ ਬਾਹਰੋਂ ਇੱਥੇ ਆਉਣ ਕੰਮ ਕਰਨ ਇੰਜੇ ਇੰਨੇ ਇੰਨੇ ਪੈਸੇ ਲਾਉਂਦੇ ਲੈਣਾ ਇੱਕ ਲੋਕ ਲੋਕ
ਤੇ ਕੋਈ ਜਾਂਦੇ ਨੇ ਕੋਈ ਡੰਕੀਆਂ ਦੇ ਰਾਹ ਬਾਹਰ ਜਾਂਦੇ ਨੇ ਜਿਵੇਂ ਇਹ ਜ਼ਲੀਲ ਹੁੰਦਾ ਪਾਕਿਸਤਾਨ ਦੀ ਆਵਾਮ ਇੰਜੀ ਬਾਹਰਲੀ ਆਵਾਮ ਜ਼ਲੀਲ ਹੋ ਕੇ ਇੱਥੇ ਆਵੇ ਡੰਕੀਆਂ ਲਾਵੇ ਉਹੀ ਪੈਸੇ ਭਰੇ ਤੇ ਉਹਨੂੰ ਵੀ ਪਤਾ ਲੱਗ ਗਿਆ ਪਾਕਿਸਤਾਨ 'ਚ ਪਾਕਿਸਤਾਨ ਵੀ ਬੜੀ ਇੱਕ ਸ਼ਹਿਰ ਇਹ ਚੋਰ ਜਿਹੜਾ ਕਰਜ਼ਾ ਲੈਂਦੇ ਨੇ ਉਂਝ ਇਹਨਾਂ ਚੋਰਾਂ ਆਪਣਾ ਮੁਲਕ ਜਿਹੜਾ ਕਿਸੇ ਨਾਲ ਖਾਤੇ ਦਾ ਬਣਾ ਛੱਡਿਆ ਹੋਇਆ ਪਾਕਿਸਤਾਨ ਬੜੀ ਸ਼ਹਿਰ ਹੈ ਮੁਸਲਮਾਨ ਨਹੀਂ ਮੁਲਕ ਹੈ ਬਾਕੀ ਇਤਨਾ ਮੁਸਲਮਾਨ ਨਹੀਂ ਹੈ ਤੇ ਮੁਸਲਮਾਨ ਹੈ ਤੇ ਫਿਰ ਵੀ ਸਾਰਿਆਂ ਨਾਲ ਪੈਣਾ ਹੁੰਦਾ ਜਾ ਰਿਹਾ ਚੋਰਾਂ ਦੀ ਵਜ੍ਹਾ ਤੋਂ।